ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੀ ਸੁਰਤ ਨਹੀਂ ਆਉਂਦੀ। ਜੇ ਕੱਚੇ ਦੀ ਸੁਰਤ ਨਹੀਂ ਜਿਹੜੇ ਤੁਸੀਂ ਦੇਖ ਸਕਦੇ ਹੈ, ਤਾਂ ਪੱਕਾ ਪਿਓ ਜਿਹੜਾ ਤੁਸੀਂ ਦੇਖ ਨਹੀਂ ਸਕਦੇ, ਉਹਦੀ ਕਿੱਦਾਂ ਸੁਰਤ ਕਰੋਗੇ, ਉਹਦਾ ਕਿੱਦਾਂ ਪਤਾ ਲੱਗੇਗਾ? ਇਸ ਲਈ ਪਹਿਲਾਂ ਬ੍ਰਹਮ ਕੇ ਬੇਟੇ ਬਣੋ, ਬ੍ਰਹਮ ਕੇ ਬੇਟੇ ਬਣੋ, ਫਿਰ ਪਾਰ ਬ੍ਰਹਮ ਜਿਹੜੀ ਅੰਦਰ ਰੂਹੇਗੀ, ਫਿਰ ਉਹ ਤੁਸੀਂ ਪਛਾਣੋਗੇ ਅਤੇ ਉਹਦੇ ਤੁਸੀਂ ਬੇਟੇ ਬਣੋਗੇ। ਅਤੇ ਇਸੇ ਕਰ ਬਾਣੀ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ। ਅਤੇ ਬਾਈਬਲ ਵਿੱਚ ਕਹਿੰਦੇ, ਥੋਮਸ ਕਹਿੰਦਾ, ਫਸਟ ਨੋ ਵਟ ਯੂ ਸੀ ਵਿਦ ਯੂਰ ਟੂ ਨੇਕਡ ਆਈ, ਦੈਨ ਵਟ ਇਜ਼ ਨਾਟ ਸੀਨ ਆ ਪਾਰ ਬ੍ਰਹਮ ਯੂ ਵਿਲ ਨੋ ਇਟ, ਯੂ ਵਿਲ ਪਰਸੀਵ ਇਟ। ਇੱਥੇ ਮੈਂ ਕਰਨ ਲੱਗਾ, ਬਾਣੀ ਹੈਗੀ ਸਤਿਗੁਰੂ ਨਾਨਕ ਦੇਵ ਜੀ ਦੀ, ਤਨਾਸਰੀ ਮਹੱਲਾ ਪਹਿਲਾ ਅੱਖਰ ਦੂਜਾ ਅਸ਼ਟਪਦੀਆ, ਅਤੇ ਪੇਜ ਹੈਗਾ ਇਹੋ 685-86। ਅਤੇ ਇਹ ਪੜ੍ਹਨਾ ਹਰ ਏਕ ਓਂਕਾਰ ਹੈਗਾ, ਏਕ ਓਂਕਾਰ ਨਹੀਂ ਪੜ੍ਹਨਾ ਇਹਨੂੰ, ਹਰ ਏਕ ਓਂਕਾਰ, ਇਹ ਹਰੀ ਓਮ ਸ਼ਾਂਤੀ ਤੋਂ ਬਣਿਆ। ਅਤੇ ਇਹਦਾ ਜਿਹੜਾ ਵਜੂਦ ਹੈਗਾ ਉਹ ਇਸ ਤਰ੍ਹਾਂ ਹੈਗਾ, ਹਰ ਇੱਕ ਓਂਕਾਰ ਇਹਦੇ ਚ ਗਲਤੀਆਂ ਹੈਗੀਆਂ ਕਿ ਸਤਿਗੁਰੂ ਨਾਨਕ ਦੇਵ ਜੀ ਪ੍ਰੋਫਿਟ ਨਹੀਂ ਸੀਗੇ, ਤੇ ਨਾ ਹੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਪ੍ਰੋਫਿਟ ਸਨ। ਸਤਿਗੁਰੂ ਨਾਨਕ ਦੇਵ ਜੀ ਪੁੱਤਰ ਸਨ, ਪੁੱਤਰ ਜਿਹੜਾ ਹੁੰਦਾ ਪ੍ਰੋਫਿਟ ਨਾਲ ਵੱਡਾ ਹੁੰਦਾ, ਜੀ ਦੇ ਜਿਹੜਾ ਸੀਗਾ ਉਹ ਪ੍ਰੋਫਿਟ ਨਹੀਂ ਸੀ, ਉਹ ਪੁੱਤਰ ਸੀਗਾ, ਪਹਿਲਾ ਪੁੱਤਰ ਉਹ ਆਇਆ, ਫਿਰ ਸਤਿਗੁਰੂ ਨਾਨਕ ਦੇਵ ਜੀ ਆਇਆ, ਸੈਕਿੰਡ ਕਮਿੰਗ ਆਫ ਜੀਸਸ। ਅਤੇ ਪ੍ਰੋਫਿਟ ਸੀਗਾ ਜੌਨ ਦੀ ਬਾਪਟਿਸਟ, ਉਹ ਸਾਰਿਆਂ ਦੁਨੀਆਂ 'ਚ ਅਖੀਰਲਾ ਪ੍ਰੋਫਿਟ ਸੀਗਾ, ਉਹ ਮਿਡਲ ਈਸਟ ਆਇਆ, ਉਹਨੂੰ ਕਹਿੰਦੇ ਫਰਿਸ਼ਤਾ, ਇਜ਼ਰਾਈਲੀ ਫਰਿਸ਼ਤਾ। ਇਹ ਹੈਗਾ ਹਰੀ ਓਮ ਸ਼ਾਂਤੀ ਚੰਦ ਤਾਰਾ, ਅਤੇ ਆ ਹੈਗਾ ਰਾਮ ਕਿਰਿਆ ਮਰਿਆਦਾ ਨਾਲ ਬੰਨਿਆ ਹੁੰਦਾ ਨਾ ਇਹੋ, ਅਤੇ ਆਹ ਹੈਗੀ ਬੋਧੀ, ਬੋਧੀ ਨੂੰ ਗੱਠ ਦਿੰਦੇ ਸਤਿਗੁਰੂ ਦੀ, ਇਹ ਹੈਗੇ ਨਾ ਤਿੰਨ ਗੁਰੂ, ਮਾਤਾ ਪਿਤਾ ਅਤੇ ਪੰਡਿਤ, ਤਿੰਨ ਗੁਰੂ, ਚੌਥਾ ਜਿਹੜਾ ਸਤਿਗੁਰੂ ਹੈਗਾ ਉੱਪਰ ਹੈਗਾ ਜਿਹੜਾ ਹੁੰਦਾ ਆਹ ਇੱਕ ਓਂਕਾਰ ਦੇ, ਆਹ ਜਿਹੜਾ ਉੱਪਰ ਹੈਗਾ ਇਹ ਤੁਹਾਨੂੰ ਆਹ ਜਿਹੜੀ ਰਾਮ ਕਿਰਿਆ ਨੂੰ ਤੋੜਦਾ ਹੈਗਾ, ਰਾਮ ਕਿਰਿਆ ਦੀ ਪੂਛ ਲਾ ਦਿੰਦਾ ਹੈਗਾ, ਅਤੇ ਹੈਗਾ ਇੱਕ ਓਂਕਾਰ, ਇਹਨੇ ਇੱਕ ਦਾ ਕਰਨਾ ਹੈਗਾ। ਜੇ ਮੈਂ ਕਿਤਾਬ ਰਿਵਾਈਜ਼ ਕਰਨੀ ਹੈਗੀ ਕੱਖ ਹੋਲੇ ਲੱਖ ਹੈਗੀ, ਅਤੇ ਜੇ ਕੋਈ ਹੈਗਾ ਸੱਜਣ ਜਿਹੜਾ ਪੰਜਾਬੀ ਦਾ ਮਾਹਰ ਹੈਗਾ ਅਤੇ ਉਹ ਦੱਸੇ ਤਾਂ ਆਪਾਂ ਕਰ ਲਈਏ,
ਤੇ ਹੈਗਾ ਇਹਦਾ ਹਰ ਇੱਕ ਓਂਕਾਰ ਪੜ੍ਹਨਾ, ਇਹਨੂੰ ਇੱਕ ਓਂਕਾਰ ਦੀ ਪੜ੍ਹਨਾ, ਫਿਰ ਪਤਾ ਲੱਗੇਗਾ ਕਿ ਹਰ ਤੇ ਹਰੀ ਚ ਕੀ ਫਰਕ ਹੈਗਾ। ਹਰੀ ਹਿੰਦੂਆਂ ਦਾ, ਹਰ ਹੈਗਾ ਮੈਸਕੁਲਨ, ਉਹ ਫੈਮੀਨਨ ਹੈਗਾ ਹਰੀ। ਹਰ ਇੱਕ ਓਂਕਾਰ ਸੱਤ ਗੁਰ ਪ੍ਰਸਾਦ, ਸੱਤ ਦਾ ਗੁਰ ਜਿਹੜਾ ਜਾਣੇ, ਗੁਰ ਹੁੰਦਾ ਢੰਗ, ਢੰਗ ਕੀ ਆ, ਲੋਜੀਕਲ ਰੀਜ਼ਨਿੰਗ, ਪ੍ਰਸਾਦ ਤੱਤ ਮੋਲ ਜਿਹੜਾ ਹੈਗਾ ਉਹਦਾ ਲੋਗੋ ਕਹੀਦਾ ਉਹਨੂੰ। ਤੇ ਕਹਿੰਦੇ ਸਤਿਗੁਰੂ ਨਾਨਕ ਜੀ, ਗੁਰ ਸਾਗਰ ਰਤਨੀ ਭਰਪੂਰੇ, ਜਿਹੜਾ ਹੈਗਾ ਨਾ ਗੁਰ ਨਾਲ ਤੁਸੀਂ ਲੋਜੀਕਲ ਰੀਜ਼ਨਿੰਗ ਨਾਲ ਜਿਹੜੀ ਚੀਜ਼ ਸਮਝਣੀ ਨਾ, ਉਹਦਾ ਜਿਹੜਾ ਸਾਗਰ ਹੈਗਾ ਨਾ ਜਿਹੜਾ, ਉਹ ਤਾਂ ਰਤਨਾਂ ਨਾਲ ਭਰਿਆ ਪਿਆ ਹੈਗਾ। ਯਾਨੀ ਕਿ ਬਾਣੀ ਜਿਹੜੀ, ਜਿੰਨਾ ਚਿਰ ਤੁਸੀਂ ਗੁਰ ਨਾਲ ਨਹੀਂ ਨਾ ਸਮਝਦੇ, ਲੋਜੀਕਲ ਰੀਜ਼ਨਿੰਗ ਨਾਲ ਨਹੀਂ ਨਾ ਸਮਝਦੇ, ਉਹਨਾਂ 'ਚ ਤੁਹਾਡੇ ਪੱਲੇ ਨਹੀਂ ਪੈਂਦੀ। ਅਤੇ ਇਸ ਕਰਕੇ ਗੁਰੂ ਸਾਗਰ, ਇਹ ਜਿਹੜਾ ਸਾਗਰ ਹੈਗਾ ਨਾ, ਇਹ ਸਾਗਰ ਅੰਦਰ ਹੈਗਾ, ਬਾਹਰ ਨਹੀਂ ਹੈਗਾ। ਇਹ ਸਤਿਗੁਰੂ ਵੀ ਅੰਦਰ ਹੈਗਾ, ਉਹ ਆਪੇ ਵਿੱਚ ਡੁੱਬੀਆਂ ਲਾ ਲਾ ਕੇ ਇਹ ਹੀਰੇ ਕੱਢ ਕੇ ਲਿਆਉਂਦਾ ਹੈਗਾ। ਅੰਮ੍ਰਿਤ ਸੰਤ ਚੁਗੋ ਨਹੀਂ ਦੂਰੇ। ਅੱਛਾ, ਹੁਣ ਅੰਮ੍ਰਿਤ ਸੰਤ ਜਿਹੜਾ ਹੈਗਾ, ਸੰਤ ਲੋਕ ਜਿਹੜੇ ਹੁੰਦੇ ਨੇ, ਇਹ ਗੁਰਮੁਖਾਂ ਨਾਲ ਵੀ ਉੱਪਰ ਹੁੰਦੇ ਨੇ। ਯਾਨੀ ਕਿ ਆ ਹੈਗਾ ਨਾ, ਜੇ ਦੁਨਿਆਵੀ ਲੋਕ ਇਹ ਆਏ ਸਤਿਗੁਰੂ ਅੰਗਦ ਦੇਵ ਜੀ ਕੋਲ, ਉਹਨਾਂ ਨੇ ਉਹਨਾਂ ਦੀ ਹੋਮੇ ਭੰਨੀ, ਹੋਮੇ ਭੰਨ ਕੇ ਉਹਨਾਂ ਨੂੰ ਸਨਮੁੱਖ ਬਣਾਇਆ, ਸਨਮੁੱਖ ਬਣਾ ਕੇ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ। ਉਹਨਾਂ ਨੇ ਫਿਰ ਉਹਨਾਂ ਦੀ ਦੁਬਧਾ ਭੰਨੀ ਵੀ ਮਾਇਆ ਵੱਲ ਨਾ ਜਾਓ, ਸੁਰਤੀ ਆ ਗਈ ਤਾਂ ਮਾਇਆ ਵੱਲ ਨਾ ਜਾਓ, ਅਕਾਲ ਪੁਰਖ ਦੀ ਮਾਇਆ ਲੁੱਟੋ। ਉਹ ਫਿਰ ਗੁਰਮੁਖ ਜਿਹੜੇ ਹੁੰਦੇ, ਨਾਲੇ ਸੁਣਦੇ ਅਤੇ ਨਾਲੇ ਗਾਉਂਦੇ ਨੇ। ਅਤੇ ਇਹ ਹੈਗਾ ਹੋਮੇ ਮਨ ਬੁੱਧੀ, ਅਤੇ ਆ ਗਈ ਚਿੱਤ ਬਿਰਤੀ। ਚਿੱਤ ਬਿਰਤੀ 'ਚ ਜਦੋਂ ਆਦਮੀ ਚਲੇ ਜਾਏ, ਉਦੋਂ ਆਪਣੀ ਅਕਲ ਨਹੀਂ ਕੰਮ ਦਿੰਦੀ, ਉਦੋਂ ਉਹ ਅਕਾਲ ਪੁਰਖ ਦਾ ਉਹ ਡੰਡੋਰ 'ਚ ਹੀ ਬਣ ਜਾਂਦਾ ਹੈਗਾ। ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਸੀਗੇ ਤਾਂ ਸੰਤ ਸੀਗੇ, ਉਹ ਆਪੇ ਉਸ ਸਾਗਰ 'ਚ ਚੁੱਕ ਕੇ ਤਾਂ ਤੁਹਾਨੂੰ ਦੱਸਦੇ ਚੀਜ਼ ਆ। ਇਹ ਸੰਤ ਹੁੰਦੇ ਨੇ, ਇਹ ਗੁਰਮੁਖ ਹੁੰਦੇ ਨੇ। ਅਤੇ ਇਸ ਕਰਕੇ ਹੈਗਾ, ਸੋਚਿਆਂ ਸੋਚਣਾ ਜੇ ਸੋਚੀ ਲਖਵਾਰ, ਛੁਪਿਆਂ ਚੁੱਪਣਾ ਜੇ ਲਾਇ ਰਹਾਂ ਲਵਤਾਰ, ਭੁੱਖਿਆਂ ਭੁੱਖ ਨਾ ਉਤਰੇ ਜਪੰਨਾ ਪੁਰੀਆਂ ਪਾਰ, ਸਹਿਣ ਸਿਆਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰੂ ਰਾਮਦਾਸ ਜੀ ਨੇ ਕਿਹਾ, ਮੋਹ ਭੰਨਾ ਅਤੇ ਸਾਧੂ ਦੀ ਸੰਗਤ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਹੈਗੇ ਇਹਨਾਂ ਦੇ ਪੰਜ ਜਿਹੜੇ ਹੈਗੇ ਨਾ, ਸਮੈਰੀਟਨ ਵੁਮ ਦੇ ਫਾਈਵ ਹਸਬੈਂਡ ਵੀ ਇਹ ਹੈਗੇ ਨੇ। ਅਤੇ ਇਸ ਜੇ ਤੁਸੀਂ ਚਾਰਟ ਕਾਪੀ ਕਰ ਲਓ ਤਾਂ ਤੁਹਾਨੂੰ ਬਹੁਤ ਪਤਾ ਲੱਗੇਗਾ, ਇਹ ਸਾਰੀ ਜਿਹੜਾ ਗਿਆਨ ਹੈਗਾ ਤੁਹਾਡੇ ਪੱਲੇ ਪੈ ਜਾਏਗਾ। ਅਤੇ ਉਹ ਸੌਖਾ ਹੈਗਾ, ਔਖਾ ਨਹੀਂ ਹੈਗਾ ਇਹ ਗਿਆਨ। ਅਤੇ ਇਹ ਹੈਗਾ ਹੁਣ ਗੁਰ ਸਾਗਰ ਰਤਨੀ ਭਰਪੂਰੇ, ਜੇ ਤੁਸੀਂ ਲੋਜੀਕਲ ਰੀਜ਼ਨਿੰਗ ਨਾਲ ਸਮਝੋਗੇ ਤਾਂ ਉਹ ਸਾਗਰ ਜਿਹੜਾ ਅੰਦਰ ਹੈਗਾ, ਉਹ ਤਾਂ ਰਤਨਾਂ ਨਾਲ ਭਰਪੂਰ ਹੈਗਾ, ਤੁਸੀਂ ਕੱਢ ਕੱਢ ਕੇ ਬੋਲੀ ਜਾਓਗੇ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਜਿਹੜੇ ਸੰਤ ਹੈਗੇ ਨਾ ਉਹ ਚੌਥੀ ਬਿਰਤੀ ਦੇ ਲੋਕ, ਉਹ
ਅੰਦਰੋਂ ਹੀ ਉਹ ਸੋਚ ਕੇ ਤਾਂ ਮੂੰਹ ਚੋਂ ਕੱਢੀ ਜਾਂਦੇ, ਜਦੋਂ ਭਗਤ ਕਬੀਰ ਜੀ ਬੋਲਦੇ ਸੀਗੇ ਤੇ ਹੋਰ ਰਵਿਦਾਸ ਜੀ, ਇਹ ਸਾਰੇ ਜਿਹੜੇ ਸੰਤ ਸਨ ਚੌਥੀ ਪਦਵੀ ਦੇ ਸੀਗੇ, ਇਹ ਅੰਦਰੋਂ ਹੀ ਲਿਆਉਂਦੇ ਸੀਗੇ, ਬਾਹਰੋਂ ਨਹੀਂ ਉਹ ਸੁਣਦੇ ਸੀ ਵੀ ਕਿਹੜੀ ਕਿਤਾਬ ਵਿੱਚ ਲਿਖਿਆ ਜਾਂ ਕੁਛ ਹੋਰ ਹੈਗਾ, ਸਭ ਕੁਛ ਅੰਦਰੋਂ ਹੀ। ਹਰ ਰਸ ਚੋਗ ਚੁਗੇ ਪ੍ਰਭ ਭਾਵੇ, ਕਹਿੰਦੇ ਹਰ ਰਸ ਉਹਦਾ, ਹਰ ਦਾ ਜਿਹੜਾ ਰਸ ਹੈਗਾ, ਜਿਹੜਾ ਅੰਮ੍ਰਿਤ ਹੈਗਾ, ਚੋਗ ਉਹ ਜਿਹੜਾ ਦਾਣਾ ਦਿੰਦਾ ਪੰਜ ਦਾ, ਆਪਾਂ ਕੁੱਕੜ ਨੂੰ ਦਾਣਾ ਦੇਈਦਾ ਨਾ ਕੂ ਕੂ ਕਰਦਾ, ਅਤੇ ਇੱਦਾਂ ਹੀ ਅਸੀਂ ਕਰਦੇ ਹਾਂ, ਉਹ ਜਿਹੜਾ ਹੈਗਾ ਚੋਗ ਉਹ ਜੇ ਤਦੇ ਚੁੱਕ ਸਕਦੇ ਆ ਤੁਸੀਂ, ਸਮਝ ਤੁਹਾਡੇ ਆਓਗੀ ਜੇ ਪ੍ਰਭ ਨੂੰ ਪਾਵੇਗਾ, ਜੇ ਅਕਾਲ ਪੁਰਖ ਤੁਹਾਨੂੰ ਦੇਵੇਗਾ, ਤੁਸੀਂ ਆਪੇ ਨਹੀਂ ਲੈ ਸਕਦੇ, ਉਹਦੀ ਕਿਰਪਾ ਨਾਲ ਮਿਲਦਾ ਹੈਗਾ। ਸਰਵਰ ਮੇਸ ਹੰਸ, ਇਹ ਸਰਵਰ ਹੈਗਾ ਨਾ ਅੰਦਰ, ਆਹ ਜਿਹੜਾ ਕਾਇਆ ਹੈਗੀ ਸਰਵਰ ਹੈਗਾ, ਇਹਦੇ ਚ ਹੰਸ ਹੈਗਾ ਜਿਹੜਾ ਸਤਿਗੁਰੂ। ਸਰਵਰ ਮੇ ਹੰਸ ਪ੍ਰਾਣਪਤੀ ਪ੍ਰਾਣਪਤ ਪਾਵੇ, ਪ੍ਰਾਣਪਤ ਜਿਹੜਾ ਹੈਗਾ ਪਾਵੇ ਪਾਉਂਦਾ ਹੈਗਾ, ਇਹ ਜਿਹੜੀ ਹੈਗੀ ਇਹਨੂੰ ਕਹਿੰਦੇ ਹੋਲੀ ਸਪਿਰਿਟ। ਤਿੰਨ ਚੀਜ਼ਾਂ ਨਾ ਆਦਮੀ ਚ, ਇੱਕ ਤਾਂ ਹੈਗਾ ਸਰੀਰ, ਆਹ ਜਿਹੜਾ ਸਰੀਰ ਹੈਗਾ, ਇੱਕ ਹੈਗੀ ਵਿੱਚ ਰੂਹ ਜਿਹੜਾ ਜੀਂਦਾ ਰੱਖਦੀ ਆਦਮੀ ਨੂੰ, ਇਹ ਇਕੱਲਾ ਆਦਮੀ ਬਣਾਉਂਦੀ ਹੈਗੀ, ਤੁਰੇ ਫਿਰਦੇ ਲੋਕੀ ਸਭ ਕੁਛ। ਇੱਕ ਤੀਜੀ ਚੀਜ਼ ਹੈਗੀ ਸੁਰਤੀ, ਸੁਰਤੀ ਨੂੰ ਕਹਿੰਦੇ ਹੋਲੀ ਸਪਿਰਿਟ, ਉਹ ਜਿਹੜਾ ਹੈਗਾ ਗਿਫਟ ਹੈਗਾ ਅਕਾਲ ਪੁਰਖ ਦਾ, ਉਹ ਗਿਫਟ ਜਿਹੜਾ ਹੈਗਾ ਜਿੱਦਾਂ ਸਤਿਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਹੋਮੇ ਭੰਨੀ ਅਤੇ ਤਦ ਉਹਨਾਂ ਨੂੰ ਉਹ ਗਿਫਟ ਮਿਲਿਆ, ਅਤੇ ਜਦੋਂ ਗਿਫਟ ਮਿਲਿਆ ਤਾਂ ਉਹ ਤੁਸੀਂ ਮਿਸਯੂਜ ਕਰ ਸਕਦੇ ਹੈਗੇ ਆ, ਪਖੰਡੀ ਬਣ ਕੇ ਤਾਂ ਪੈਸਾ ਲੋਕਾਂ ਨੂੰ ਪਤਲਿਆ ਕੇ, ਅਤੇ ਜਾਂ ਤੁਸੀਂ ਅਕਾਲ ਪੁਰਖ ਦੇ ਗੁਣ ਗਾ ਸਕਦੇ ਹੈਗੇ। ਉਹ ਜਿਹੜਾ ਗਿਫਟ ਅਕਾਲ ਪੁਰਖ ਤੋਂ ਮਿਲਦਾ ਪ੍ਰਾਣਪਤ ਤੋਂ, ਅਤੇ ਉਹ ਤੋਂ ਉਹ ਜਿਹਨੂੰ ਮਿਲਦਾ ਹੈਗਾ ਉਹ ਮਿਸਯੂਜ ਨਾ ਕਰੋ, ਉਹ ਅਕਲ ਆਪਣੀ ਤੁਸੀਂ ਅਕਾਲ ਪੁਰਖ ਦੇ ਗੁਣ ਗਾਉਣੇ ਚ ਲਾਓ। ਕਿਆ ਬਗ ਬੁੱਪੜੇ ਛੱਪੜੀ ਨਾਏ, ਕਿਆ ਬਗ ਬੁੱਪੜੇ, ਉਹ ਵਿਚਾਰਾ ਜਿਹੜਾ ਚਿੱਟੇ ਕੱਪੜੇ ਪਾ ਕੇ ਤਾਂ ਆਪਣੇ ਮਾਇਆ ਦੇ ਜਦੋਂ ਪੈ ਜਾਂਦਾ ਨਾ ਹੱਥ 'ਚ, ਅਤੇ ਮਾਇਆ ਉਹਨੂੰ ਫਿਰ ਖੂਬ ਮਿਲਦੀ ਹੈਗੀ, ਉਹ ਕਾਰਾਂ 'ਚ ਕਰਦਾ ਸੈਰ, ਮਾਇਆ ਲੁੱਟੀ ਹੁੰਦੀ ਲੋਕਾਂ ਬੇਈਮਾਨੀਆਂ ਨਾਲ, ਉਹ ਸਾਰਾ ਜਿਹੜਾ ਹੁੰਦਾ ਚਿੱਕੜ ਹੁੰਦਾ ਉਹ, ਅਤੇ ਉਸੇ 'ਚ ਜਿਹੜਾ ਹੈਗਾ ਜਿਹੜਾ ਮਨਮੁੱਖ ਹੈਗਾ ਉਹਦੇ 'ਚ ਨਹਾਉਂਦਾ ਹੈਗਾ, ਅਤੇ ਜਦੋਂ ਨਹਾਉਂਦਾ ਤਾਂ ਹੋਰ ਉਹਨੂੰ ਮੈਲ ਲੱਗ ਜਾਂਦੀ ਹੈ ਕਿ ਜਿੰਨਾ ਉਹ ਲੁੱਟੇਗਾ ਲੋਕਾਂ ਨੂੰ ਉਨੀ ਮੈਲ, ਅਤੇ ਉਹ ਫਿਰ ਉਹ ਚਿੱਟਾ ਨਹੀਂ ਰਹਿੰਦਾ। ਜਦੋਂ ਪਹਿਲਾਂ ਆਦਮੀ ਹੁੰਦਾ ਸ਼ੁਰੂ ਹੁੰਦਾ ਉਦੋਂ ਆਦਮੀ ਦਾ ਦਿਲ ਚਿੱਟਾ ਹੁੰਦਾ, ਸਤਿਗੁਰੂ ਜੀਜ਼ਸ ਕਹਿੰਦਾ ਨਾ ਕ੍ਰਾਈ ਜੀਜ਼ਸ, ਅਨਲੈਸ ਯੂ ਬਿਕਮ ਲਾਈਕ ਲਿਟਲ ਚਿਲਡਰਨ ਯੂ ਕੈਨੋਟ ਐਂਟਰ ਇਨ ਟੂ ਦੀ ਰੋਇਲ ਕਿੰਗਡਮ ਆਫ ਗੋਡ। ਜਿਹੜੇ ਲਿਟਲ ਚਿਲਡਰਨ ਹੈਗੇ ਉਹਨਾਂ ਦਾ ਮਨ ਸਾਫ਼ ਹੁੰਦਾ ਹੈਗਾ, ਜੋ ਉਹਨਾਂ ਦੇ ਅੰਦਰ ਸੋ ਹੀ ਬਾਹਰ, ਉਹ ਪਖੰਡੀ ਨਹੀਂ ਹੁੰਦੇ, ਉਹ ਹੁੰਦੇ ਨੇ ਬਗ ਬਗ। ਉਹ ਬਗ ਜਿਹੜਾ ਸੀਗਾ ਜਦੋਂ ਆਦਮੀ ਵੱਡਾ ਹੋ ਜਾਂਦਾ ਹੈਗਾ ਸਾਫ਼ ਦਿਲ ਹੁੰਦਾ ਹੈਗਾ, ਪਰ ਉਹ ਮਾਇਆ ਦੇ ਵਿੱਚ ਜਦੋਂ ਚਿੱਕੜ 'ਚ ਡੁੱਬੀਆਂ ਲਾਉਣ ਲੱਗ ਪੈਂਦਾ ਨਾ, ਅਤੇ ਉਦੋਂ ਫਿਰ ਉਹਨੂੰ ਮੈਲ ਲੱਗ ਜਾਂਦੀ ਹੈਗੀ। ਜੇ ਉਹ ਉੱਧਰ ਜਾਵੇ ਅਕਾਲ ਪੁਰਖ ਵੱਲ ਜਾਵੇ ਤਾਂ ਚਿੱਟੇ ਦਾ ਚਿੱਟਾ ਰਹਿੰਦਾ ਹੈਗਾ, ਫਿਰ ਨਹੀਂ ਉਹਨੂੰ ਲੱਗਦੀ ਕੋਈ ਵੀ ਮੈਲ।
ਕੀਚੜ ਡੂਬੇ ਮੈਲ ਨਾ ਜਾਏ। ਕੀਚੜੇ ਚ ਡੁੱਬਦਾ, ਕੀਚੜ ਮਾਇਆ ਦੇ ਕੀਚੜੇ ਚ ਬੇਈਮਾਨੀਆਂ ਕਰਨੀਆਂ ਸਭ ਕੁਛ ਕਰਨਾ, ਉਹਦੇ ਚ ਡੁੱਬਦਾ ਤਾਂ ਮੈਲ ਨਾ ਜਾਏ। ਜਿਹੜੀ ਦਿਲ ਦੀ ਮੈਲ ਨਹੀਂ ਜਾਂਦੀ ਉਹ ਹੋਰ ਚੜ ਜਾਂਦੀ ਹੈਗੀ। ਰਹਾਓ ਰੱਖ ਰੱਖ ਚਰਨ ਧਰੇ ਵਿਚਾਰੇ, ਰੱਖ ਰੱਖ ਚਰਨ ਧਰੇ ਵਿਚਾਰੀ, ਤੇ ਦੁਬਦਾ ਛੋੜ ਭੈ ਨਿਰਕਾਰੀ। ਉਹਦੇ ਜਿਹੜਾ ਨਾ ਗੁਰਮੁਖ ਹੁੰਦਾ ਹੈਗਾ ਉਹ ਰੱਖ ਰੱਖ ਚਰਨ, ਉਹਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਰੱਖ ਰੱਖ ਕੇ ਆਪਣੇ ਆਪ ਨੂੰ, ਯਾਨੀ ਕਿ ਅਕਾਲ ਪੁਰਖ ਹੈਗਾ ਅੰਦਰ ਹੀ ਹੈਗਾ ਨਾ, ਕਿ ਉਹ ਇਹ ਹੈਗਾ ਹਰਿਮੰਦਰ ਹੈਗਾ, ਹਰ ਇੱਥੇ ਹੀ ਰਹਿੰਦਾ, ਵਿੱਚ ਹੀ ਰਹਿੰਦਾ ਹੈਗਾ, ਬਾਹਰ ਤਾਂ ਨਹੀਂ ਰਹਿੰਦਾ। ਯੂ ਵਰਸ਼ਿਪ ਹਰ ਇਨ ਟਰੁੱਥ ਐਂਡ ਇਨ ਸਪਿਰਿਟ। ਉਹ ਜਦੋਂ ਕਰਦੇ ਆ ਤੁਸੀਂ ਉਹਦੇ ਉਹ ਅੰਦਰ ਤੁਹਾਡੇ, ਉਹ ਤੁਸੀਂ ਉਹਦੇ ਚਰਨਾਂ 'ਚ ਰਹਿੰਦੇ ਆ, ਉਹਦੇ ਚਰਨਾਂ 'ਚ ਰਹਿ ਕੇ ਤੁਸੀਂ ਵਿਚਾਰ ਕਰਦੇ ਆ, ਫਿਰ ਉਹ ਬਾਣੀ ਦੀ ਵਿਚਾਰੀ ਕਰੀ ਵਿਚਾਰ ਕਰਦੇ ਆ, ਦਿਲ 'ਚ ਸੁਣਦੇ ਆ, ਫਿਰ ਉਹਨੂੰ ਲਿਜਾ ਕੇ ਦਿਲ 'ਚ ਵਿਚਾਰ ਕਰਦੇ ਆ। ਦੁਬਦਾ ਛੋੜ ਭੈ ਨਿਰੰਕਾਰੀ, ਦੁਬਦਾ ਜਿਹੜੀ ਹੈਗੀ ਮਾਇਆ ਨੂੰ ਛੱਡ ਕੇ ਤੁਸੀਂ ਨਿਰੰਕਾਰੀ ਜਿਹੜੇ ਹੁੰਦੇ ਗੁਰਮੁਖ, ਜਿਹੜੇ ਗੁਰਮੁਖ ਅਤੇ ਸੰਤ ਹੁੰਦੇ ਉਹ ਮਾਇਆ ਤੋਂ ਰਹਿਤ ਹੁੰਦੇ ਨੇ, ਤੇ ਉਹ ਨਿਰੰਕਾਰੀ ਹੁੰਦੇ ਨੇ। ਮੁਕਤ ਪਦਾਰਥ ਹਰ ਰਸ ਚਾਖੇ, ਮੁਕਤ ਜਿਹੜਾ ਪਦਾਰਥ ਹੈਗਾ ਜਿਹੜਾ ਮੁਕਤੀ ਦਾ, ਉਹ ਹਰ ਰਸ ਚਾਖੇ, ਉਹਦਾ ਤੁਸੀਂ ਗੀਤ ਗਾਉਂਦੇ ਆ, ਹਰ ਦੇ ਉਹਦਾ ਚੱਖਣਾ ਹੈਗਾ ਗੀਤ ਗਾਉਣੇ, ਯਾਨੀ ਕਿ ਤੁਸੀਂ ਗੁਰਮੁਖ ਬਣ ਕੇ ਅਕਾਲ ਪੁਰਖ ਦੇ ਗੀਤ ਗਾਉਂਦੇ ਆ। ਆਵਨ ਜਾਣ ਰਹੇ ਗੁਰ ਰਾਖੇ, ਆਵਨ ਜਾਣ ਜਿਹੜਾ ਮੁਕਤੀ ਮਿਲ ਜਾਂਦੀ, ਜਿਹੜੀ 84 ਦੀ ਜਿਹੜਾ ਚੱਕਰ ਹੈ ਉਹਦੇ ਤੁਸੀਂ ਬਚ ਜਾਂਦੇ ਆ। ਗੁਰ ਰਾਖੇ ਗੁਰੇ ਰਾਖੇ ਜਿਹੜਾ ਹੈਗਾ ਨਾ ਢੰਗ ਹੈਗਾ, ਲੋਜੀਕਲ ਰੀਜ਼ਨਿੰਗ, ਜਿਹੜਾ ਕ੍ਰਾਈਸਟ ਹੈਗਾ ਇਨਸਾਈਡ ਸਤਿਗੁਰੂ, ਇਹ ਹੈਗਾ ਨਾ ਹਰਿਮੰਦਰ, ਹਰਿਮੰਦਰ ਦਾ ਪੁਜਾਰੀ ਜਿਹੜਾ ਉਹ ਸਤਿਗੁਰੂ ਹੈਗਾ, ਉਹਨੂੰ ਕ੍ਰਾਈਸਟ ਕਹੀਦਾ, ਇਨਰ ਮੈਨ। ਇਹ ਜਿਹੜਾ ਕ੍ਰਾਈਸਟ ਹੈਗਾ ਉਹ ਤੁਹਾਨੂੰ ਫਿਰ ਰੱਖਦਾ ਹੈਗਾ, ਉਹ ਤੁਹਾਨੂੰ ਆਵਣ ਜਾਣ ਤੋਂ ਬਚਾ ਲੈਂਦਾ ਹੈਗਾ, ਜੇ ਤੁਸੀਂ ਉਸਦੇ ਪਾਣੀ ਚੱਲੋਗੇ। ਸਤਿਗੁਰੂ ਦੀ ਸੇਵਾ ਔਖੀ ਹੈਗੀ, ਆਹ ਜਿਹੜਾ ਸਤਿਗੁਰੂ ਅੰਦਰ ਹੈਗਾ। ਸਰਵਰ ਹੰਸਾ ਛੋੜ ਨਾ ਜਾਏ, ਸਰਵਰ ਜਿਹੜਾ ਹੰਸ ਹੈਗਾ ਜਿਹੜਾ ਆਪਣੀ ਜਿਹੜਾ ਹੈਗਾ ਗਿਫਟ ਦਿੱਤਾ ਹੋਲੀ ਸਪਿਰਿਟ ਜਾਂ ਰੂਹ ਨੂੰ ਜਿਹੜਾ ਦਿੱਤਾ ਗਿਫਟ, ਰੂਹ ਜਿਹੜੀ ਹੈਗੀ ਫਿਰ ਤੁਹਾਡੀ ਅਕਾਲ ਪੁਰਖ ਦੇ ਚਰਨਾਂ 'ਚ ਰਹਿੰਦੀ ਹੈਗੀ, ਯਾਨੀ ਯੂ ਆਰ ਸੀਲਡ ਟੂ ਸਰਵ ਗਾਡ, ਉਹ ਫਿਰ ਉਹਨੂੰ ਛੱਡ ਕੇ ਨਹੀਂ ਜਾਂਦਾ। ਇੱਦਾਂ ਨਾ ਵੀ ਜਦੋਂ ਤੁਸੀਂ ਇੱਥੇ ਦਾ ਹੈਗਾ ਨਾ ਬੋਪੜਾ ਜਿਹੜਾ ਚਿੱਕੜ ਲਾਉਂਦਾ, ਮਾਇਆ ਦੇ ਚਿੱਕੜ ਚਲੇ ਜਾਂਦਾ ਥੱਲੇ, ਅਤੇ ਇਹ ਜਿਹੜਾ ਗੁਰਮੁਖ ਹੈਗਾ ਇਹ ਨਿਰੰਕਾਰੀ ਬਣ ਜਾਂਦਾ, ਇਹ ਮਾਇਆ ਦਾ ਰਹਿ ਮਾਇਆ ਤੋਂ ਦੁਖਤਾ ਤੋਂ ਬਚ ਜਾਂਦਾ। ਜਦੋਂ ਦੁਖਤਾ ਤੋਂ ਨਿਕਲ ਗਿਆ ਤਾਂ ਸੀਲਡ ਟੂ ਸਰਵ ਗੋਡ, ਇਹ ਫਿਰ ਗਾਉਂਦਾ ਉਹਦੇ ਗੁਣ, ਸੁਣਦਾ ਅਤੇ ਗਾਉਂਦਾ ਹੈਗਾ, ਅਤੇ ਇਹ ਹੈਗਾ ਨਿਰੰਕਾਰੀ, ਮਾਇਆ ਤੋਂ ਰਹਿਤ ਬਿਲਕੁਲ। ਸਾਧੂ ਅਤੇ ਹੋਰ ਸੰਤ ਜਿਹੜੇ ਨੇ ਮਾਇਆ ਨੂੰ ਹੱਥ, ਨਿਰਮਲੇ ਸੰਤ ਨੂੰ ਕਿਹਾ ਮਾਇਆ ਨੂੰ ਨਹੀਂ ਹੱਥ ਲਾਉਣਾ, ਇਹ ਹੈਗੇ ਨਿਰਮਲ ਸੰਤ ਜਿਹੜੇ ਨੇ ਸਾਧੂ, ਇਹ ਫਿਰ ਉਹ ਇੱਧਰੋਂ ਗੁਰਮੁਖ ਬਣ ਕੇ ਫਿਰ ਇੱਥੇ ਪਹੁੰਚ ਜਾਂਦੇ, ਜਿੱਦਾਂ ਸਤਿਗੁਰੂ ਅਰਜਨ ਦੇਵ ਜੀ ਸੀਗੇ।
ਇੱਕ ਜਿਹੜਾ ਨਾ ਲਾਲਿਆ ਨੇ ਕਿਹਾ ਉਹ ਕਿਹੜਾ ਸੀਗਾ ਜਿਹੜਾ ਖੁਸਰੋ ਸੀ ਜਿਹੜਾ ਨੱਠ ਕੇ ਆਇਆ, ਅਖੇ ਜੀ ਉਹਨੂੰ 5000 ਰੁਪਈਏ ਦਿੱਤੇ ਸੀ, ਤਦ ਉਹਨਾਂ ਨੂੰ ਉਹ ਤਸੀਹੇ ਦਿੱਤੇ ਸੀ। ਇਹ ਨਹੀਂ ਕਹਿੰਦੇ ਵੀ ਚੰਦੂ ਨੇ ਦਵਾਏ ਸੀਗੇ ਅਤੇ ਉਹ ਉਹਨੂੰ ਕਰਕੇ ਇਹ ਹਿਪੋਕ੍ਰੇਸੀ ਜਿਹੜੀ ਕਿ ਨਾ ਜਿੱਦਾਂ ਜੀਜ਼ ਜਦੋਂ ਸੀਗੇ ਉਹਦੀ ਟ੍ਰਾਇਲ 'ਤੇ ਉਹ ਲੋਕ ਕਹਿੰਦੇ ਇਹ ਗੰਦਾ ਆਦਮੀ ਇਹਨੂੰ ਫਾਂਸੀ ਦਿਓ ਜੀ, ਉਹ ਜਿਹੜਾ ਸੀ ਡਾਕੂ ਉਹ ਕਹਿੰਦੇ ਚੰਗਾ ਹੈਗਾ। ਅਤੇ ਇਸ ਤਰ੍ਹਾਂ ਹੀ ਜਿਹੜੇ ਖੱਤਰੀ ਸੀਗੇ ਇਹ ਉਹਨਾਂ ਦੇ ਵੀ ਉਸਤਾਦ ਸਨ, ਉਹ ਤਾਂ ਸੀਗੇ ਪ੍ਰਿੰਸਿਸ ਆਫ ਡਾਰਕਨੈਸ ਸੀਗੇ ਨਾ, ਇਹ ਸੀਗੇ ਕਿੰਗਸ ਐਂਡ ਐਮਪਰਸ ਆਫ ਡਾਰਕਨੈਸ। ਇਹਨਾਂ ਨੇ ਫਿਰ ਉਹ ਸਾਰਾ ਕੁਛ ਨਾ ਚੱਕ ਕੇ ਨਾ ਅਤੇ ਆਪਣੇ ਪੱਲਿਓਂ ਬਣਾ ਕੇ ਅਤੇ ਸਤਿਗੁਰੂ ਅਰਜਨ ਦੇਵ ਨੂੰ ਉਹ ਤਸੀਹੇ ਦਵਾਏ ਸੀਗੇ। ਪ੍ਰਿਥੀ ਚੰਦ ਤਾਂ ਉਹਦਾ ਦੁਸ਼ਮਣ ਸੀ ਨਾ ਇੱਕ ਨੰਬਰ ਦਾ, ਅਤੇ ਨਾਲੇ ਉਹ ਰਲ ਗਿਆ ਚੰਦੂ, ਦੋਨਾਂ ਨੇ ਫਿਰ ਤਸੀਹੇ ਦਵਾਏ। ਉਹਨਾਂ ਨੇ ਜਿਹੜੇ ਕੂੜ ਬੋਲੇ ਨੇ ਉਹਦੇ ਤੁਸੀਂ ਆਪੇ ਹੀ ਲਾ ਲਓ, ਜੇ ਮਿਡਲ ਈਸਟ ਵਿੱਚ ਉਹਨਾਂ ਨੇ ਕੂੜ ਬੋਲਿਆ ਸੀ ਜੀਜ਼ੇ ਨੂੰ ਫਸਾਉਣ ਲਈ ਜਿਹੜਾ ਕਿ ਇਹ ਗੰਦਾ ਹੈ ਆਦਮੀ ਇਹਨੂੰ ਫਾਂਸੀ ਦਿਓ, ਅਤੇ ਇੰਡੀਆ 'ਚ ਜਿਹੜੇ ਹੈਗੇ ਕਿੰਗਸ ਅਤੇ ਐਮਪਰਸ ਆਫ ਡਾਰਕਨੈਸ ਇਹਨਾਂ ਨੇ ਕਿੰਨਾ ਕੁ ਕੂੜ ਬੋਲਿਆ ਹੋਣਾ, ਉਹ ਤੁਸੀਂ ਆਪੇ ਲਾ ਲਓ। ਇਸ ਲਈ ਸਤਿਗੁਰੂ ਅਰਜਨ ਦੇਵ ਜੀ ਨੂੰ ਮਾਇਆ ਦਾ ਮੋਹ ਨਹੀਂ ਸੀ ਬਿਲਕੁਲ ਵੀ, ਉਹ ਨਿਰੰਕਾਰੀ ਸੀਗੇ ਅਤੇ ਯਾਨੀ ਕਿ ਕੋਈ ਨਹੀਂ ਸੀ। ਅਤੇ ਜਿਹੜਾ ਉਹਨਾਂ ਕੋਲ ਜੇ ਪੈਸਾ ਹੀ ਨਹੀਂ ਸੀਗਾ, ਉਹ ਤਾਂ ਗਹਿਣੇ ਵੇਚ ਕੇ ਤਾਂ ਆਪਣੀ ਤੀਵੀਂ ਦੇ ਤਾਂ ਉਹ ਲੰਗਰ ਚਲਾਉਂਦੇ ਸੀ, ਉਹਨਾਂ ਕੋਲ ਪੈਸਾ ਕਿੱਥੇ। ਇਹ ਸਾਰਾ ਖੱਤਰੀਆਂ ਨੇ ਆਪ ਬਣਾਈ ਵੀ ਬਚ ਜਾਈਏ, ਵੀ ਇਹ ਖੱਤਰੀਆਂ ਨੇ ਮਰਵਾਏ ਸੀ ਸਤਿਗੁਰੂ ਅਰਜਨ ਦੇਵ ਜੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸ ਛੋੜ ਨਾ ਜਾਏ। ਸਰਵਰ ਹੰਸ ਜਿਹੜਾ ਉਹ ਸੀਲ ਸਰਵ ਗੋਡ ਹੈਗਾ, ਪ੍ਰੇਮ ਭਗਤ ਕਰ ਸਹਿਜ ਸਮਾਈ। ਉਹ ਪ੍ਰੇਮ ਭਗਤ ਉਹ ਅਕਾਲ ਪੁਰਖ ਨਾਲ ਪ੍ਰੇਮ ਪਾ ਕੇ, ਮੀ ਐਂਡ ਮਾਈ ਫਾਦਰ ਆਰ ਵਨ, ਅੰਦਰ ਹੀ ਹੈਗਾ ਨਾ ਆਪਣੇ ਹਰ ਪਿਓ ਉਹ ਵੀ ਅੰਦਰ ਹੈਗਾ, ਉਹਦੇ ਨਾਲ ਫਿਰ ਉਹਨਾਂ ਨੇ ਪ੍ਰੇਮ ਪਾਇਆ ਅਤੇ ਉਹਦੇ ਨਾਲ ਫਿਰ ਉਹ ਸਹਿਜੇ ਹੀ ਫਿਰ ਉਹਦੇ ਨਾਲ ਸਮਾ ਗਿਆ। ਸਹਿਜ ਹੁੰਦਾ ਅਵਸਥਾ ਜਦੋਂ ਤੁਸੀਂ ਰਾਈਟੀਅਸ ਹੈਗੇ ਆ, ਚਤਰ ਚਲਾਕ ਨਹੀਂ ਹੈਗੇ, ਰਾਈਟੀਅਸ ਹੈਗੇ ਉਹਨੂੰ ਸਹਿਜ ਕਹੀਦਾ ਹੈਗਾ, ਉਹਦੇ ਸਹਿਜ ਨਾਲ ਹੀ ਫਿਰ ਤੁਸੀਂ ਮਿਲ ਜਾਂਦੇ ਉਹਦੇ ਨਾਲ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਸਰਵਰ ਆਹ ਜਿਹੜਾ ਕਾਇਆ ਹੈਗੀ ਹੈ ਸਰਵਰ ਹੈਗਾ ਨਾ, ਮੈਂ ਹੰਸ ਜਿਹੜੀ ਤੁਹਾਡੀ ਰੂਹ ਹੈਗੀ, ਹੰਸ ਮੈਂ ਸਾਗਰ ਅਤੇ ਹੰਸ ਵਿੱਚ ਹੈਗਾ, ਹੰਸ ਹੈਗਾ ਉਹ ਸਾਗਰ ਬਣ ਜਾਂਦਾ ਹੈਗਾ, ਹੰਸ ਜਿਹੜਾ ਹੈਗਾ ਉਹੀ ਰਤਨਾਂ ਦਾ ਸਾਗਰ ਬਣ ਜਾਂਦਾ ਹੈਗਾ, ਉਹੀ ਸਰੀਰ 'ਚ ਰਤਨ ਚੁੱਕਦਾ ਹੈਗਾ ਅਤੇ ਉਹੀ ਫਿਰ ਰਤਨਾਂ ਦਾ ਸਾਗਰ ਬਣ ਜਾਂਦਾ। ਅਕਥ ਕਥਾ ਗੁਰਬਚਨੀ ਆਦਰ, ਅਕਥ ਕਥਾ ਹੈਗੀ ਜਿਹੜੀ ਹੈਗੀ ਨਾ ਤੁਰਕੀ ਪਾਣੀ ਹੈਗੀ, ਇਹ ਲਿਖੀ ਨਹੀਂ ਜਾਂਦੀ, ਜਦੋਂ ਲਿਖੀ ਨਹੀਂ ਜਾਂਦੀ ਇਹ ਫਿਰ ਅਕਥ ਹੋ ਜਾਂਦੀ ਹੈਗੀ। ਅਕਥ ਕਥਾ ਉਹ ਫਿਰ ਇੱਦਾਂ ਦੀਆਂ ਚੀਜ਼ਾਂ ਗੁਰਮੁਖ ਸੁਣਾਉਂਦਾ ਜਿਹੜੀਆਂ ਕਿ ਲੋਕ ਹੈਰਾਨ ਹੁੰਦੇ ਨੇ ਅਤੇ ਉਹਦੀ ਫਿਰ ਆਦਰ ਹੁੰਦੀ ਹੈਗੀ, ਉਹਦੇ ਬਚਨਾਂ ਨਾਲ ਫਿਰ ਉਹ ਆਦਰ ਕਰਦੇ, ਇੱਜ਼ਤ ਕਰਦੇ ਨੇ। ਅਤੇ ਇੱਥੇ ਮੈਂ ਬਸ ਕਰ ਦੇਣਾ, ਫਿਰ ਨੈਕਸਟ ਕਰਾਂਗਾ ਬਾਕੀ ਦਾ।